ਸ਼ਰਾਬ ਦੇ ਠੇਕੇ ਵਿਰੁੱਧ ਇਲਾਕਾ ਨਿਵਾਸੀਆਂ ਦੁਆਰਾ ਭੁੱਖ ਹੜਤਾਲ ਕਰਨ ਦੀ ਖਬਰ ਆਈ ਹੈ। ਖਬਰ ਪਟਿਆਲਾ ਤੋਂ ਹੈ, ਜਿੱਥੇ ਰਿਸ਼ੀ ਕਾਲੋਨੀ ਵਿੱਚ ਸ਼ਰਾਬ ਦੇ ਠੇਕੇ ਦੇ ਵਿਰੋਧ ਵਿੱਚ ਮੁਹੱਲਾ ਨਿਵਾਸੀਆਂ ਨੇ ਮੋਰਚਾ ਖੋਲ੍ਹ ਦਿੱਤਾ ਅਤੇ ਲੋਕ ਭੁੱਖ ਹੜਤਾਲ 'ਤੇ ਬੈਠ ਗਏ ਨੇ। ਇਸ ਠੇਕੇ ਨੂੰ ਲੈ ਕੇ ਲੋਕਾਂ ਵਿੱਚ ਕਾਫ਼ੀ ਗੁੱਸਾ ਹੈ ਅਤੇ ਮੁਹੱਲਾ ਨਿਵਾਸੀ ਭੁੱਖ ਹੜਤਾਲ ਕਰਕੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰ ਰਹੇ ਨੇ। ਹਾਜ਼ਰ ਔਰਤਾਂ ਨੇ ਦੱਸਿਆ ਕਿ ਬਹੁਤ ਵਾਰ ਸ਼ਰਾਰਤੀ ਅਨਸਰ ਸ਼ਰਾਬ ਪੀ ਕੇ ਔਰਤਾਂ ਅਤੇ ਲੜਕੀਆਂ ਨਾਲ ਭੱਦੀ ਸ਼ਬਦਾਵਲੀ ਦਾ ਪ੍ਰਯੋਗ ਕਰਦੇ ਨੇ, ਜਿਸ ਕਾਰਨ ਉਹਨਾਂ ਨੂੰ ਇੱਥੋਂ ਲੰਘਣ ਵਿੱਚ ਮੁਸ਼ਕਿਲ ਆਉਂਦੀ ਹੈ। ਉਹਨਾਂ ਕਿਹਾ ਕਿ ਇਸ ਦੀ ਸ਼ਿਕਾਇਤ ਪੁਲਿਸ ਥਾਣੇ ਵਿੱਚ ਕੀਤੀ ਜਾ ਚੁੱਕੀ ਹੈ, ਪਰ ਇੱਕ ਦਿਨ ਲਈ ਬੰਦ ਕਰਕੇ ਦੂਜੇ ਦਿਨ ਇਹ ਸ਼ਰਾਬ ਦਾ ਠੇਕਾ ਦੁਬਾਰਾ ਖੁੱਲ੍ਹਿਆ ਮਿਲਦਾ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਇਹ ਠੇਕਾ ਨਹੀਂ ਹਟਾਇਆ ਜਾਂਦਾ, ਭੁੱਖ ਹੜਤਾਲ ਅਤੇ ਪ੍ਰਦਰਸ਼ਨ ਜਾਰੀ ਰਹੇਗਾ। ਮੇਰੇ ਭੁੱਖ ਹੜਤਾਲ ਦਾ ਧਰਨੇ ਦਾ ਇਹੀ ਕਾਰਨ ਹੈ, ਕਿਉਂਕਿ ਜਿਹੜਾ ਇਹ ਠੇਕਾ ਬਿਲਕੁਲ ਗੁਰਦੁਆਰੇ ਦੇ ਬੈਕ ਸਾਈਡ ਸਾਹਮਣੇ ਸਕੂਲ ਹੈ, ਬੁਟੀਕ, ਇੱਥੇ ਜਿਹੜੀਆਂ ਲੇਡੀਜ਼ ਆਉਂਦੀਆਂ ਨੇ, ਵੀ ਬੈਕ ਸਾਈਡ 'ਤੇ ਮੰਦਰ ਹੈ, ਉਹਨਾਂ ਨਾਲ ਛੇੜਖਾਨੀ ਕੀਤੀ ਜਾਂਦੀ ਹੈ ਅਤੇ ਗੁਰੂ ਘਰਾਂ ਦੀ ਬੇਅਦਬੀ ਕੀਤੀ ਜਾਂਦੀ, ਜੋ ਸ਼ਾਮ ਨੂੰ ਇੱਥੇ ਰਹਿਰਾਜ ਦਾ ਪਾਠ ਹੁੰਦਾ ਉੱਥੇ ਮੱਥਾ ਟੇਕਾਉਂਦੀ, ਜਨਾਨੀਆਂ ਨਾਲ ਛੇੜਖਾਨੀ ਹੁੰਦੀ। ਇਸ ਵਜੋਂ ਮੁਹੱਲੇ ਦੇ ਸਮਰਥਨ ਦੇ ਨਾਲ, ਯੋਗਦਾਨ ਦੇ ਨਾਲ ਇਸ ਧਰਨੇ ਦੇ ਭੁੱਖ ਹੜਤਾਲ 'ਤੇ ਬੈਠਾ ਹਾਂ। ਜਦ ਤੱਕ ਇਹ ਠੇਕਾ ਬੰਦ ਨਹੀਂ ਹੁੰਦਾ, ਮੈਂ ਇੱਥੋਂ ਨਹੀਂ ਉੱਠਦਾ। ਔਰ ਇਹ ਜਿਹੜਾ ਠੇਕਾ ਹੈ, ਅਸੀਂ ਕਦੋਂ ਦੇ ਬੰਦ ਕਰਨ ਵਾਸਤੇ, ਅਸੀਂ ਬੜੇ ਲੋਕਾਂ ਕੋਲ, ਬੜੇ ਸੰਸਥਾ ਨੂੰ ਆਪਾਂ ਅਸੀਂ ਐਪਲਾਈ ਕੀਤੇ ਹਾਂ, ਅਤੇ ਸਾਰੇ ਆ ਕੇ ਬੰਦ ਕਰਾਇਆ ਜਾਂਦਾ, ਦੋ ਦਿਨ ਫਿਰ ਖੁੱਲ੍ਹੀ ਹੁੰਦੀ ਹੈ, ਅਤੇ ਅਸੀਂ ਉਹਦੇ ਤਾਂ ਸਕੂਲ ਦੇ ਬੱਚੇ ਕੁੜੀਆਂ ਲੰਘਦੇ ਵੜਦੇ, ਜਿਹੜੇ ਠੇਕੇ ਸ਼ਰਾਬ ਲੈਣ ਵਾਸਤੇ ਆਉਂਦੇ ਉਹਨਾਂ ਨੂੰ ਛੇੜਖਾਨੀ ਕਰਦੇ, ਉਹਨਾਂ ਨੂੰ ਛੇੜਦੇ ਹਾਂ, ਅਤੇ ਅਸੀਂ ਵੀ ਕਈ ਵਾਰੀ ਲੰਘਦੇ ਵੜਦੇ, ਸਾਨੂੰ ਵੀ ਗਲਤ ਗਲਤ ਕਮੈਂਟ ਪਾਸ ਕਰਦੇ ਜਿਹੜੇ ਸ਼ਰਾਬੀ ਹੁੰਦੇ ਆ। ਜ਼ਿਕਰਯੋਗ ਹੈ ਕਿ ਇੱਥੋਂ ਕੁਝ ਹੀ ਦੂਰੀ 'ਤੇ ਸਕੂਲ, ਮੰਦਰ ਅਤੇ ਗੁਰਦੁਆਰਾ ਸਾਹਿਬ ਵੀ ਸਥਿਤ ਨੇ। ਪਟਿਆਲਾ ਤੋਂ ਹਰਵਿੰਦਰ ਸਿੰਘ ਕੁੱਕੂ, ਸਪੋਕਸਮੈਨ ਟੀਵੀ।